ਸਾਡਾ ਮੀਡੀਆ ਜਿਹੜਾ ਲਗਾਤਾਰ ਇੱਕ ਮਹੀਨੇ ਤੋਂ ਵੱਧ ਹੋ ਗਿਆ ਬਹੁਤ ਮਿਹਨਤ ਕਰ ਰਿਹਾ, ਬਹੁਤ ਹਰ ਦੀ ਕਵਰੇਜ ਜਿਹੜੀ ਦਿਖਾ ਰਿਹਾ ਅਤੇ ਲੁਧਿਆਣਾ ਹਮੇਸ਼ਾ ਪੋਜ਼ਿਟਿਵ ਰਿਹਾ ਹੈ ਅਤੇ ਉਸੇ ਤਰੀਕੇ ਨਾਲ ਮੀਡੀਆ ਵੀ ਹਰ ਚੀਜ਼ ਪੋਜ਼ਿਟਿਵ ਲੈ ਕੇ ਚੱਲ ਰਿਹਾ। ਮੈਂ ਸਭ ਤੋਂ ਪਹਿਲਾਂ ਵਿਜ਼ਨ ਡਾਕੂਮੈਂਟ ਤੋਂ ਪਹਿਲਾਂ ਮੈਂ ਜ਼ਰੂਰ ਐਜ਼ ਏ ਮੈਂਬਰ ਪਾਰਲੀਮੈਂਟ, ਚਾਹੇ ਬੇਸ਼ੱਕ ਓਪੋਜੀਸ਼ਨ ਸੀ, ਮੈਂ ਉਹ ਜ਼ਰੂਰ ਤੁਹਾਡੇ ਮੂਹਰੇ ਰੱਖਣਾ ਚਾਹੁੰਦਾ। ਸਭ ਤੋਂ ਪਹਿਲਾਂ ਮੈਂ ਆਪਣੀ ਪਾਰਲੀਮੈਂਟ ਦੀ ਜਿਹੜੀ ਪਰਫੋਰਮੈਂਸ ਆ ਉਹ ਨਾਲ ਦੀ ਨਾਲ ਮੈਂ ਤੁਹਾਡੇ ਮੂਹਰੇ ਰੱਖਣਾ ਚਾਹੁੰਦਾ, ਕਿਉਂਕਿ ਹਰ ਚੀਜ਼ ਹਰ ਨੂੰ ਪਤਾ ਹੋਣੀ ਚਾਹੀਦੀ ਹੈ ਵੀ ਅਸੀਂ ਕਰਦੇ ਕੀ। ਪਾਰਲੀਮੈਂਟ ਦੇ ਵਿੱਚ ਪੰਜਾਬ ਦੇ 13 ਮੈਂਬਰ ਪਾਰਲੀਮੈਂਟ ਨੇ, 13 ਦੇ ਵਿੱਚੋਂ ਸਭ ਤੋਂ ਵੱਧ ਜਿਹੜੇ ਸਵਾਲ ਨੇ ਉਹ ਤੁਹਾਡੇ ਲੁਧਿਆਣੇ ਦੇ ਐਮ ਪੀ ਰਵਨੀਤ ਬਿੱਟੂ ਨੇ ਪੁੱਛੇ ਆ, ਜਿਨ੍ਹਾਂ ਦੀ ਗਿਣਤੀ 367। ਫਿਰ ਦੁਬਾਰਾ ਮੈਂ ਦੱਸ ਦਿੰਦਾ, ਜਿਨ੍ਹਾਂ ਦੀ ਗਿਣਤੀ 367 367। ਇਹ ਸਭ ਤੋਂ ਵੱਧ ਸਵਾਲ ਪੁੱਛੇ ਨੇ ਇਹ ਇਸ ਵਾਰ ਦੇ 5 ਸਾਲ ਦੀ ਟਰਮ 13 ਦੇ 13 ਐਮ ਪੀ 90% ਹਾਜ਼ਰੀ, ਜਿਹੜੇ ਡਿਬੇਟ ਨੇ ਉਹ 56 ਜਿਹੜੇ ਡਿਬੇਟ ਕੀਤੇ ਨੇ। ਜਿਹੜਾ ਪੈਸਾ ਮਿਲਦਾ ਹੈ ਇਹ ਦੱਸਣਾ ਬਹੁਤ ਜ਼ਰੂਰੀ ਹੈ, ਜਿਹੜਾ ਐਮ ਪੀ ਨੂੰ ਐਮ ਪੀ ਲੈਂਡ ਪੈਸਾ ਮਿਲਦਾ ਹੈ ਏਰੀਆ ਡਿਵੈਲਪਮੈਂਟ ਫੰਡ, ਉਹਦੇ ਵਿੱਚੋਂ 41 ਕਰੋੜ ਜਿਹੜਾ ਹੈ ਉਹ ਮਿਲਿਆ। 1 ਕਰੋੜ ਰੁਪਈਆ ਮੈਨੂੰ 2009 ਦੀ ਟਰਮ ਜਿਹੜੀ ਲੁਧਿਆਣੇ ਤੋਂ ਐਮ ਪੀ ਸੀ ਉਹਨਾਂ ਦਾ 1 ਕਰੋੜ ਰੁਪਈਆ ਮੈਨੂੰ ਹੋਰ ਫਾਲਤੂ ਮਿਲਿਆ ਦੂਜਿਆਂ ਨਾਲੋਂ। ਇੱਕ ਗੱਲ ਇਹ, ਅੱਜ ਤੁਸੀਂ ਪ੍ਰਧਾਨ ਜੀ ਤੁਸੀਂ ਓਪਨ ਜਿੰਮ ਦੇਖ ਰਹੇ ਹੋਵੋਗੇ, ਮਿੱਤਲ ਸਾਹਿਬ ਸਾਰੇ ਜਿਹੜੇ ਜਿੰਨੇ ਵੀ ਗਰਾਊਂਡ ਨੇ ਜਿੰਨੇ ਵੀ ਸਾਡੇ ਪਾਰਕ ਨੇ, ਮੈਂ ਇਹ ਆਉਂਦੇ ਹੀ ਇਹ 14 'ਚ ਮੁਹਿੰਮ ਸ਼ੁਰੂ ਕੀਤੀ ਸੀ 14 'ਚ, ਅੱਜ ਕੋਈ ਵੀ ਐਸਾ ਪਾਰਕ ਨਹੀਂ ਜਿਹਦੇ ਵਿੱਚ ਓਪਨ ਜਿੰਮ ਨਾ ਲੱਗੇ ਹੋਣ। ਅਤੇ ਤਕਰੀਬਨ ਇਹ ਸ਼ੁਰੂਆਤ 9 ਕਰੋੜ 37 ਲੱਖ ਦੇ ਇਹ ਜਿੰਮ ਲੱਗੇ। ਉਹ ਤੋਂ ਬਾਅਦ ਮੈਂ ਇੱਕ ਨਵੀਂ ਚੀਜ਼, ਅੱਜ ਸਾਰੇ ਪਿੰਡਾਂ 'ਚ ਤੁਸੀਂ ਦੇਖੋਗੇ ਹਰ ਜਗ੍ਹਾ ਜਿਹੜੇ ਨੇ ਉਹ ਖਾਸ ਤੌਰ 'ਤੇ CCTV ਕੈਮਰਾਸ ਵੀ ਉਹਨਾਂ ਦੀ ਸੁਰੱਖਿਆ ਲਈ, ਉਹਨਾਂ ਦੀ ਦੇਖਭਾਲ ਲਈ, ਇਨਸਾਨ ਤੋਂ ਲੈ ਕੇ ਉਹਨਾਂ ਦੇ ਜੇ ਕੋਈ ਮੱਝ ਗਾਂ ਜੇ ਕੋਈ ਜਾਨਵਰ ਵੀ ਕਿਤੇ ਬਾਹਰ ਜਾਂਦਾ ਕਿਤੇ ਗੁੰਮ ਹੁੰਦਾ ਤਾਂ ਉਹ ਵੀ ਇਹ 8 ਕਰੋੜ 62 ਲੱਖ ਇਹ ਕੰਮ ਚੱਲ ਰਿਹਾ ਪਿੰਡਾਂ 'ਚ। 8 ਕਰੋੜ 62 ਲੱਖ ਦੇ ਜਿਹੜੇ CCTV ਕੈਮਰੇ ਪਿੰਡਾਂ 'ਚ ਲੱਗ ਰਹੇ ਆ, ਸ਼ਹਿਰਾਂ 'ਚ ਹੁੰਦੇ ਸੀ ਪਿੰਡਾਂ 'ਚ ਕਦੇ ਕਿਸੇ ਨੇ ਲਾਏ ਨਹੀਂ ਸੀ। ਉਹ ਤੋਂ ਬਾਅਦ ਇੰਟਰਲੋਕ ਟਾਇਲ ਰੋਡਸ, ਟਿਊਬਵੈਲਸ, ਸੀਵਰੇਜ, ਸੋਲਰ ਲਾਈਟ, ਇਹ ਮੈਂ ਤਕਰੀਬਨ 11 ਕਰੋੜ ਪੁਆਇੰਟ 90 ਕਰੋੜ ਦੇ ਲੱਗੇ। ਜਿਹੜੇ ਕੰਸਟਰਕਸ਼ਨ ਆਫ ਸਕੂਲ, ਸ਼ਮਸ਼ਾਨ ਘਾਟ, ਧਰਮਸ਼ਾਲਾ, ਇਹ 9.68 ਕਰੋੜ ਦੇ
ਅਤੇ ਖਾਸ ਤੌਰ 'ਤੇ ਕੋਵਿਡ ਵੇਲੇ ਮਹਾਂਮਾਰੀ ਸੀ ਜਿਹੜੀ, ਉਸ ਵੇਲੇ ਇਹੋ ਜਿਹੀਆਂ ਚੀਜ਼ਾਂ ਚਾਹੀਦੀਆਂ ਸੀ ਜਿਹੜੀਆਂ ਨਹੀਂ ਸੀ ਹੋਸਪਿਟਲਾਂ 'ਚ। ਅਤੇ ਤਕਰੀਬਨ 1,25,00,000 ਰੁਪਈਆ ਕੋਵਿਡ ਵੇਲੇ ਐਂਬੀਲੈਂਡ 'ਚ ਅਲੱਗ ਖਰਚਿਆ ਗਿਆ। ਜਿਹੜੇ ਹੁਣ ਮੈਂ ਆ ਜਾਂਦਾ ਮੈਗਾ ਪ੍ਰੋਜੈਕਟ, ਅਜੇ ਕਿ ਮੈਂ ਸਰਕਾਰ 'ਚ ਨਹੀਂ ਸੀ ਪਰ ਫਿਰ ਵੀ ਬੀਜੇਪੀ ਦੀ ਸਰਕਾਰ ਤੋਂ, ਕਿਉਂਕਿ ਸਾਡੀ ਇੱਕ ਰਿਸ਼ਤਾ ਸੀ ਉਹਨਾਂ ਨਾਲ, ਓਪੋਜੀਸ਼ਨ 'ਚ ਹੋ ਕੇ ਵੀ ਅਜੇ ਕਿ ਉਲਟ ਨਾਅਰੇਬਾਜ਼ੀ ਕਰਦੀ ਸੀ ਪਾਰਟੀ, ਪਰ ਫਿਰ ਵੀ ਜਿਹੜੇ ਮੈਗਾ ਪ੍ਰੋਜੈਕਟ ਆਏ ਨੇ ਉਹਨਾਂ 'ਚੋਂ ਐਲੀਵੇਟਿਡ ਰੋਡ ਆ ਜਿਹੜੀ ਉਹ 756 ਕਰੋੜ ਦੀ, 756 ਕਰੋੜ ਦੀ ਐਲੀਵੇਟਡ ਰੋਡ, ਅਤੇ ਸਾਰੇ ਲੁਧਿਆਣੇ 'ਚ CCTV ਕੈਮਰਾ ਜਿਹੜੇ ਲਾਏ ਨੇ, ਜਿਹੜਾ ਕਮਾਂਡ ਸੈਂਟਰ ਆ ਉਹਦੇ ਲਈ ਵੀ ਕੋਈ ਵੀ ਵਾਰਦਾਤ ਨਾ ਹੋ ਸਕੇ, 36 ਕਰੋੜ ਦੇ ਅੱਜ ਲੁਧਿਆਣੇ 'ਚ ਕੈਮਰੇ ਲੱਗੇ ਆ। ਉਹ ਤੋਂ ਬਾਅਦ ਇਸੇ ਤਰੀਕੇ ਨਾਲ ਹੋਰ ਕੈਮਰੇ ਜਿਹੜੇ ਉਹ ਵੀ ਲਾਏ ਗਏ, ROB RUB ਪੱਖੋਵਾਲ ਰੋਡ ਵਾਲਾ, ਇਹ 124 ਕਰੋੜ ਰੁਪਏ ਦਾ ਇਹ ਬਣਾਇਆ। ਅੱਜ ਮਾਡਰਨ ਰੇਲਵੇ ਸਟੇਸ਼ਨ ਆ, ਤਕਰੀਬਨ ਇਹ ਪੈਸਾ ਹਜੇ ਇਹ 'ਚ ਘੱਟ ਲਿਖਿਆ ਹੋਇਆ ਪਰ ਉਹ ਪੈਸਾ 500 ਕਰੋੜ ਤੋਂ ਉੱਤੇ ਜਾਣਾ, ਜਿਹੜਾ ਰੇਲਵੇ ਸਟੇਸ਼ਨ ਬਣ ਰਿਹਾ 500 ਕਰੋੜ ਤੋਂ ਉੱਤੇ। ਉਦੋਂ ਬਾਅਦ ਜਗਰਾਓਂ ਪੁਲ, ਤੁਹਾਨੂੰ ਪਤਾ ਕੀ ਹਾਲਾਤ ਸੀ ਇਹਦੀ, ਇਹ 24 ਕਰੋੜ ਦੇ ਵਿੱਚ ਇਹ ਪੁਲ ਬਣਿਆ। ਉਦੋਂ ਬਾਅਦ ਅੱਜ ਗਾਰਬੇਜ ਕੰਪੈਕਟਰ ਨੇ ਲੱਗੇ ਹੋਏ, ਤੁਸੀਂ ਦੇਖ ਰਹੇ ਹੋ ਥਾਂ ਥਾਂ 'ਤੇ, ਇਹ ਸਾਰੇ ਕੰਪੈਕਟਰ ਨੇ ਜਿਹੜੇ ਇਹ ਸੈਂਟਰ ਸਰਕਾਰ ਤੋਂ 13.57 ਕਰੋੜ ਦੇ ਇਹ 22 ਕੰਪੈਕਟਰ ਨੇ ਜਿਹੜੇ ਸੋਲਿਡ ਵੇਸਟ ਮੈਨੇਜਮੈਂਟ ਲਈ ਇਹ ਇਸ ਵੇਲੇ ਲੁਧਿਆਣੇ 'ਚ ਲੱਗੇ। ਉਦੋਂ ਬਾਅਦ ਮੈਂ ਥੋੜ੍ਹਾ ਜਿਹਾ ਰੂਰਲ, ਇਹ ਬਹੁਤ ਜ਼ਰੂਰੀ ਆ, ਜਿਹੜਾ ਪ੍ਰਧਾਨ ਮੰਤਰੀ ਸਾਡੇ ਗ੍ਰਾਮ ਸੜਕ ਯੋਜਨਾ ਜਿਹੜੇ ਮੋਦੀ ਜੀ ਦੀ, ਉਹਦੇ ਵਿੱਚ ਟੋਟਲ ਜਿਹੜੇ ਤਕਰੀਬਨ 84 ਕਰੋੜ ਪ੍ਰਧਾਨ ਜੀ ਇਹਦੇ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਵਿੱਚ ਲੱਗੇ। ਇਹ ਚਾਹੇ ਰੋਮੀ ਤੋਂ ਚੌਂਕੀ ਮਾਨ ਹੋਵੇ, ਜਗਰਾਓਂ ਤੋਂ ਬਹਿਰਮਪੁਰ ਕਲਾਂ ਹੋਵੇ, ਹੰਬੜਾਂ ਤੋਂ ਸਬੱਦੀ ਹੋਵੇ, ਅਤੇ 8 ਮੇਜਰ ਰੋਡਸ ਨੇ ਜਿਹੜੀਆਂ ਉਹ ਹੋਰ ਬਣੀਆਂ। ਸਮਾਰਟ ਸਿਟੀ ਦੇ ਵਿੱਚ ਦੇਖ ਲਓ, ਤਕਰੀਬਨ ਸਿੱਧਵਾਂ ਕਲਾਂ ਬਿਊਟੀਫਿਕੇਸ਼ਨ ਹੋਇਆ, ਉਹਦੇ ਉੱਤੇ ਕਿੰਨਾ ਪੈਸਾ ਖਰਚ ਹੋਇਆ। ਅਤੇ ਖਾਸ ਤੌਰ 'ਤੇ ਮੈਨੂੰ ਇੱਕ ਬਹੁਤ ਹੀ, ਆਪਾਂ ਦਿਵਿਆਂਗ ਅੱਗੇ ਉਹਨਾਂ ਨੂੰ ਵੱਖ ਵੱਖ ਨਾਂ ਦਿੱਤੇ ਜਾਂਦੇ ਸੀ ਪਰ ਮੋਦੀ ਜੀ ਨੇ ਸਾਰੇ ਜਿੰਨੇ ਵੀ ਡਿਸਬਿਲਟੀ ਉਹਨਾਂ ਨੂੰ ਨਾਂ ਦਿੱਤਾ ਦਿਵਿਆਂਗ, ਅਤੇ ਡਿਸਬਿਲਟੀ ਕੈਂਪ ਲਾ ਕੇ ਮੈਂ ਅਲੱਗ ਅਲੱਗ ਚੀਜ਼ਾਂ, ਵੀਲਚੇਅਰ ਚਾਹੇ ਨਕਲੀ ਅੰਗ ਹੋਣ, ਚਾਹੇ ਕੰਨਾਂ ਦੀਆਂ, ਚਾਹੇ ਟੈਲੀਫੋਨ, ਚਾਹੇ ਟ੍ਰਾਈਸਾਈਕਲ, ਚਾਹੇ ਉਹਨਾਂ ਨੂੰ ਬਿਜਲੀ ਵਾਲੀਆਂ ਜਿਹੜੀਆਂ ਅੱਜ ਕੱਲ੍ਹ ਆਪਣੀਆਂ ਬੈਟਰੀ ਓਪਰੇਟਡ ਜਿਹੜੇ ਟ੍ਰਾਈਸਾਈਕਲ ਦਿੱਤੇ, ਉਹ ਤਕਰੀਬਨ 5,734 ਇਹਦੀ ਕੀਮਤ 5.5 ਕਰੋੜ ਰੁਪਈਆ। ਉਦੋਂ ਬਾਅਦ ਮੈਂ ਤੁਹਾਨੂੰ ਹੁਣ ਜਿਹੜੀ ਚੀਜ਼ ਆ ਉਹ ਅੱਗੇ ਅਸੀਂ ਕੀ ਲੁਧਿਆਣੇ ਲਈ ਕਰਨਾ ਚਾਹੁੰਦੇ ਹਾਂ, ਅਸੀਂ ਕੱਲਾ ਚੀਜ਼ ਆ ਜਿਹੜੀ ਸਭ ਨੂੰ ਵੱਡੀ ਆ। ਹੁਣ ਮੈਂ ਲੁਧਿਆਣੇ ਲਈ ਅੱਗੇ ਅਸੀਂ ਕੀ ਕਰਨ ਜਾ ਰਹੇ ਹਾਂ, ਕੀ ਸੋਚ ਲੈ ਕੇ ਆ ਰਹੇ ਹਾਂ, ਉਹਦੇ ਲਈ ਖਾਸ ਤੌਰ 'ਤੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਹੋਸਪਿਟਲ ਏਮਸ, ਜਿਹਨੂੰ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ, ਇਹ ਅਸੀਂ
ਤੁਹਾਡੇ ਉਹਦੇ ਰੱਖਣਗੇ। ਏਮਸ ਇਹਦੇ ਨਾਲ ਜਿੱਥੇ ਅਸੀਂ ਕੁਆਲਿਟੀ ਕੁਆਂਟਿਟੀ ਇਹਦੇ ਨਾਲ ਅਸੀਂ ਹੈਲਥ ਕੇਅਰ ਤੁਹਾਨੂੰ ਦੇਵਾਂਗੇ। ਇਹ ਲੁਧਿਆਣੇ 'ਚ ਇਕੱਲਾ ਲੁਧਿਆਣਾ ਨਹੀਂ, ਲੁਧਿਆਣਾ ਸ਼ਹਿਰ ਤੋਂ ਆਲੇ ਦੁਆਲੇ ਤਕਰੀਬਨ ਜਗਰਾਉਂ ਹੋ ਗਿਆ, ਇੱਧਰ ਫਗਵਾੜੇ ਤੱਕ, ਇੱਧਰ ਖੰਨੇ ਤੱਕ ਇਹ ਹਰ ਸਹੂਲਤ ਆ ਜਿਹੜੀ ਇਹ ਏਮਸ ਪ੍ਰੋਵਾਈਡ ਕਰੇਗਾ, ਕਿਉਂਕਿ ਸਰਕਾਰ ਮੋਦੀ ਜੀ ਦੀ ਬਣ ਰਹੀ ਆ ਅਤੇ ਏਮਸ ਹੋਸਪਿਟਲ ਉਰੇ ਅਸੀਂ ਪਹਿਲੇ 6 ਮਹੀਨੇ ਦੇ ਵਿੱਚ ਵਿੱਚ ਉਰੇ ਏਮਸ ਦਾ ਹਸਪਤਾਲ ਆ ਜਿਹੜਾ ਉਹ ਸ਼ੁਰੂ ਕਰਾਂਗੇ। ਤਕਰੀਬਨ ਇਹਦੇ ਨਾਲ ਬਿਲਕੁਲ ਪ੍ਰਧਾਨ ਜੀ, ਇਹਦੇ ਨਾਲ ਜਿੱਥੇ ਹੈਲਥ ਕੇਅਰ ਹੋਣੀ ਹੋਣੀ ਆ ਉੱਥੇ 5000 ਨੌਕਰੀਆਂ, ਚਾਹੇ ਉਹ ਕਲੈਰੀਕਲ ਨੇ, ਸੁਪਰਡੈਂਟ ਨੇ, ਵੱਖ ਵੱਖ ਲੈਬੋਰਟਰੀ ਦੀਆਂ 5000 ਤਕਰੀਬਨ ਜਿਹੜੀ ਆ ਇਹਦੇ ਨਾਲ ਨੌਕਰੀਆਂ ਜਨਰੇਟ ਹੋਣਗੀਆਂ ਏਮਸ 5000। ਉਦੋਂ ਬਾਅਦ ਅਸੀਂ ਸਭ ਤੋਂ ਵੱਡੀ ਗੱਲ ਇੰਡਸਟਰੀਅਲ ਪਾਰਕ, ਇੰਡਸਟਰੀਅਲ ਪਾਰਕ ਦੇ ਵਿੱਚ ਅਸੀਂ ਕੀ ਕਰਾਂਗੇ, ਸਭ ਤੋਂ ਜ਼ਰੂਰੀ ਸਬਸਿਡਾਈਜ਼, ਜਿਹੜੀ ਕਿ ਸਬਸਿਡਾਈਜ਼ ਸਸਤੀ ਜਿਹੜੀ ਆ ਜ਼ਮੀਨ ਮੁਹੱਈਆ ਕਰਾਵਾਂਗੇ ਸਭ ਤੋਂ ਪਹਿਲਾਂ। ਉਦੋਂ ਬਾਅਦ ਇਹ ਨਹੀਂ ਹੋਊਗਾ ਵੀ ਕੋਈ ਕਿਤੇ ਡਰਾਈ ਪੋਰਟ ਉਹਦੇ ਵਿੱਚ ਹੋਏਗਾ, ਉਹਦੇ ਵਿੱਚ ਲੇਬਰ ਦੇ ਕੁਆਟਰਸ ਨਹੀਂ, ਫੈਕਟਰੀ ਕਿਤੇ ਆ, ਲੋਡਿੰਗ ਕਿਤੇ ਹੋਣੀ ਆ ਡਰਾਈ ਪੋਰਟ 'ਚ, ਅਤੇ ਲੇਬਰ ਤੋਂ ਇਲਾਵਾ ਜਿਹੜੇ ਕੁਆਟਰਸ ਨੇ ਜਿੱਥੇ ਲੇਬਰ ਰਹਿੰਦੀ ਆ ਉਹ ਕਿਤੇ 10 ਕਿਲੋਮੀਟਰ ਦੂਰ ਆ, ਇਹ ਸਾਰਾ ਹੀ ਜਿੱਥੇ ਸਬਸਿਡਾਈਜ਼ ਲੈਂਡ ਮਿਲੇਗੀ ਉਹਦੇ ਵਿੱਚ ESI ਹੋਸਪਿਟਲ ਵੀ ਹੋਵੇਗਾ, ਉਹਦੇ ਵਿੱਚ ਲੇਬਰ ਦੇ ਕੁਆਟਰਸ ਵੀ ਹੋਣਗੇ, ਉਹਦੇ ਵਿੱਚ ਡਰਾਈ ਪੋਰਟ ਟ੍ਰੇਨ ਵੀ ਆਏਗੀ, ਅਤੇ ਉੱਥੇ ਮੈਟਰੋ ਦਾ ਜਿਹੜਾ ਹੈ ਉਹ ਵੀ ਮੈਟਰੋ ਉੱਥੇ ਦਾ ਸਟੇਸ਼ਨ ਵਿੱਚ ਹੋਏਗਾ। ਇਹ ਇੱਕ ਈਕੋਸਿਸਟਮ ਆ ਜਿਹੜਾ ਗਰੋਥ ਫੋਰ ਇੰਡਸਟਰੀ, ਇਹ ਜੇ ਅਸੀਂ ਗਰੋਥ ਆਫ ਇੰਡਸਟਰੀ ਕਰਨੀ ਆ ਉਹਦੇ ਲਈ ਇਹ ਸਾਨੂੰ ਈਕੋਸਿਸਟਮ ਸਾਨੂੰ ਬਣਾਉਣਾ ਪਊ। ਇਹਦੇ ਨਾਲ ਇਕੱਲਾ ਇਹ ਨਹੀਂ, ਇੱਕ ਜਿਹੜੀ ਮੈਨੂੰ ਪ੍ਰਧਾਨ ਜੀ ਅਤੇ ਸਾਰੇ ਸਾਡੀ ਆ ਟੀਮ ਬੈਠੀ ਹੈ ਜਿਹੜੀ ਸਾਰੀ, ਇੱਕ ਇਹਨਾਂ ਨੇ ਮੇਨ ਜਿਹੜਾ 45 ਦਿਨ ਦਾ ਹੈ ਜਿਹੜਾ ਫੋਰਮ 43A, ਉਹਦੇ ਬਾਰੇ ਮੈਂ ਕਲੀਅਰ ਕੱਟ ਕਹਿਣਾ ਚਾਹੁੰਦਾ, 4 ਤਰੀਕ ਤੋਂ ਬਾਅਦ ਇਹ ਸਾਡੀ ਜ਼ਿੰਮੇਵਾਰੀ ਹੋਏਗੀ ਵੀ ਉਹ 45 ਦਿਨ ਜਾਂ 43A ਦਾ ਉਹਦੇ ਵਿੱਚ ਉਹਨੂੰ ਕਾਨੂੰਨ ਨੂੰ ਬਦਲਾਂਗੇ, ਅਤੇ ਉਹਨੂੰ ਐਕਸਟੈਂਡ ਆ ਜਿਹੜਾ ਉਹ ਚਾਹੇ 120 ਦਿਨਾਂ ਤੱਕ ਕਰੀਏ ਚਾਹੇ ਕਿਵੇਂ ਵੀ ਕਰੀਏ, ਪਰ ਇਹਦੇ ਵਿੱਚ ਤਬਦੀਲੀ 100% ਸਾਡਾ ਵਚਨ ਆ, ਵਾਅਦਾ ਇਹ ਕਰਾਂਗੇ। ਉਦੋਂ ਬਾਅਦ ਪ੍ਰਧਾਨ ਜੀ ਦਾ ਬੜਾ ਇੱਕ ਮਿਕਸ ਲੈਂਡ ਯੂਜ਼ ਇੰਡਸਟਰੀ ਯੂਨਿਟਸ ਟੂ ਬੀ ਗਿਵਨ, ਇਹਨਾਂ ਦੇ ਲਈ ਬਹੁਤ ਫੋਕਲ ਪੁਆਇੰਟਸ ਮਿਕਸ ਲੈਂਡ ਯੂਜ਼ ਦੇ, ਜਿਹੜੇ ਹਰ ਘਰ ਦੇ ਵਿੱਚ ਥੱਲੇ ਕੰਮ ਕਰਦੇ ਆ ਅਤੇ ਬੜਾ ਉਹਦਾ ਰੌਲਾ ਹੈ, ਪਰ ਅਸੀਂ ਬਹੁਤ ਨੇੜੇ ਉਹਨਾਂ ਦੇ, ਬਹੁਤ ਨੇੜੇ ਜਿੱਥੇ ਜਿੱਥੇ ਵੀ ਘਰਾਂ 'ਚ ਕੰਮ ਹੁੰਦਾ ਉਹਨਾਂ ਨੂੰ ਸਸਤਾ, ਅਤੇ ਬਿਲਕੁਲ ਦੂਰ ਨਹੀਂ ਕਿਤੇ, ਨੇੜੇ ਅਸੀਂ ਉਹਨਾਂ ਨੂੰ ਜਿਹੜੇ ਉਹ ਪਲੋਟ ਆ ਉਹ ਮੁਹੱਈਆ ਕਰਾਵਾਂਗੇ ਜਿਹਦੇ ਵਿੱਚ ਉਹ ਸਸਤੇ ਅਤੇ ਟਿਕਾਊ ਅਤੇ ਨੇੜੇ ਉਹ ਆਪਣਾ ਕੰਮ ਕਰ ਸਕਣਗੇ, ਜਿਨ੍ਹਾਂ ਨਾਲ ਸਰਕਾਰ ਰੋਜ਼ ਉਹਨਾਂ ਨੂੰ ਉਹਨਾਂ ਦੇ ਕਨੈਕਸ਼ਨ ਜਾਂ ਉਹਨਾਂ 'ਤੇ ਰੋਜ਼ ਉਹਨਾਂ 'ਤੇ ਵਜ਼ਨ ਰੱਖਦੀ ਆ, ਬਲੈਕਮੇਲ ਕਰਦੀ ਆ, ਪੈਸੇ ਲੈਂਦੀ ਆ। ਇੱਕ ਇਹ 2 ਨੰਬਰ ਸਾਡਾ ਪੁਆਇੰਟ ਆ। ਤੀਜਾ ਸਭ ਤੋਂ ਵੱਡਾ ਗਲੋਬਲ ਐਕਸੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ, ਉਹਦੇ ਨਾਲ ਕੀ ਆ, ਲੁਧਿਆਣਾ ਜਿੱਡਾ ਵੱਡਾ ਹੈ ਉਹਦੇ ਵਿੱਚ ਜੇ ਅੱਜ ਪੰਜਾਬ ਦੀ ਮੈਂ ਗੱਲ ਕਰਾਂ ਉਹਦੇ ਵਿੱਚ 60% ਜੇ ਪੰਜਾਬ ਦੇ GST ਵੈਟ ਟੈਕਸ ਜੋ ਵੀ ਆ 60% ਜਿਹੜਾ ਉਹ ਯੋਗਦਾਨ ਸਾਡੇ ਲੁਧਿਆਣੇ ਦਾ ਹੈ, ਐਡਾ ਵੱਡਾ ਯੋਗਦਾਨ ਸਾਡਾ ਪੰਜਾਬ ਦੀ ਅਰਥ ਵਿਵਸਥਾ 'ਚ, ਪੰਜਾਬ ਦਾ ਜਿਹੜਾ ਚੱਕਾ ਚੱਲ ਰਿਹਾ ਉਹ ਲੁਧਿਆਣੇ ਦੇ ਕਰਕੇ 60% ਚੱਲ ਰਿਹਾ, ਅਤੇ ਅਸੀਂ ਇਹਦੇ ਲਈ ਕਿਵੇਂ
ਕਿਉਂਕਿ ਇਹਦੇ ਵਿੱਚੋਂ ਬਹੁਤ ਵੱਡਾ ਲਾਰਜ ਪੋਰਸ਼ਨ ਆ ਜਿਹੜਾ ਬਹੁਤ ਵੱਡਾ ਹਿੱਸਾ ਹੈ ਉਹ ਖਾਸ ਤੌਰ 'ਤੇ ਐਕਸਪੋਰਟ ਹੁੰਦਾ ਹੈ। ਅਤੇ ਜਦੋਂ ਅਸੀਂ ਇਹ ਕੁਛ ਕਰਦੇ ਹਾਂ ਇਹਦੇ ਲਈ ਸਾਡੇ ਕੋਲ ਕੋਈ ਵੀ ਐਗਜੀਬਿਸ਼ਨ ਕਨਵੈਨਸ਼ਨ ਸੈਂਟਰ ਨਹੀਂ ਗਾ ਜਿੱਥੇ ਅਸੀਂ ਆਪਣਾ ਗੁੜਸ ਆਪਣਾ ਸਮਾਨ ਅਸੀਂ ਡਿਸਪਲੇ ਕਰ ਸਕੀਏ। ਅਸੀਂ ਉਹ ਲੋਕਾਂ ਨੂੰ ਜਿਹੜੇ ਬਾਹਰੋਂ ਬਹੁਤ ਵੱਡੇ ਬਾਇਰਸ ਦੂਜੀਆਂ ਕੰਟਰੀਆਂ ਤੋਂ ਉਰੇ ਸਮਾਨ ਖਰੀਦਣ ਆਉਣਾ ਆਉਂਦੇ ਆ, ਅਤੇ ਜੇ ਉਹਨਾਂ ਨੂੰ ਦਿਖਾਉਣ ਨੂੰ ਸਾਨੂੰ ਹੋਟਲਾਂ ਦੇ ਕਮਰੇ ਲੈਣੇ ਪੈਣ ਜਾਂ ਫੈਕਟਰੀ ਦੇ ਛੋਟੇ ਛੋਟੇ ਕਮਰਿਆਂ 'ਚ ਜਾਣਾ ਪਵੇ, ਤਾਂ ਫਿਰ ਸਾਡੀ ਇੰਡਸਟਰੀ ਕਿਵੇਂ ਚੱਲੂਗੀ? ਇਹ ਸਭ ਤੋਂ ਵਿਦਿਨ ਇਹ 6 ਮੰਥਸ ਇਹ ਚੀਜ਼ਾਂ ਹੋਣਗੀਆਂ, ਅਤੇ ਅਸੀਂ ਉਹ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਬਾਹਰਲੇ ਦੇਸ਼ਾਂ ਤੋਂ ਬਾਹਰਲੀਆਂ ਸਟੇਟਾਂ ਤੋਂ ਜਿਹੜੇ ਲੋਕ ਆਉਂਦੇ ਆ ਉਹ ਅਸੀਂ ਸਾਰੀਆਂ ਇਹ ਚੀਜ਼ਾਂ ਲਾਗੂ ਕਰਾਂਗੇ। ਉਦੋਂ ਬਾਅਦ ਮੈਂ ਇੱਕ ਸਭ ਤੋਂ ਵੈਲ ਬਦਲਾ ਗਲੋਬਲ ਐਗਜੀਬਿਸ਼ਨ ਆ ਜਿਹੜਾ ਸਿਰਫ ਅੱਜ ਆਪਾਂ ਦੇਖਦੇ ਹਾਂ WICC ਇਹ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ ਦੁਆਰਕਾ 'ਚ ਬਣਿਆ ਹੋਇਆ, ਉਸ ਚੀਜ਼ ਦਾ ਅਸੀਂ ਇਹ ਜਿੱਥੇ ਇਹ ਇੰਟਰਨੈਸ਼ਨਲ ਐਗਜੀਬਿਸ਼ਨਸ ਲੱਗਣ ਉਹ ਅਸੀਂ ਗਲੋਬਲ ਐਗਜੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ ਆ ਉਹ ਲੁਧਿਆਣੇ 'ਚ ਵਿਦਇਨ 6 ਮੰਥਸ ਉਹਦੀ ਜ਼ਮੀਨ ਲੈ ਕੇ ਅਸੀਂ ਕੰਮ ਸ਼ੁਰੂ ਕਰਾਂਗੇ। ਉਦੋਂ ਬਾਅਦ ਬਹੁਤ ਜ਼ਰੂਰੀ ਮੈਟਰੋ, ਅੱਜ ਮੈਟਰੋ ਜਿੱਡੇ ਜਿੱਡੇ ਸਾਡੇ ਸ਼ਹਿਰ ਨੇ ਲੁਧਿਆਣੇ ਜਿੱਡੇ ਉਹ 'ਚ ਹਰ 'ਚ ਮੈਟਰੋ ਚੱਲਦੀ ਹੈ, ਅਸੀਂ ਕਿੰਨਾ ਚਿਰ ਸੁਪਨਾ ਹੀ ਲੈਂਦੇ ਰਹਾਂਗੇ ਜਾਂ ਦੇਖਦੇ ਰਹਾਂਗੇ ਮੈਟਰੋ? ਅਤੇ ਇਹ ਲੁਧਿਆਣੇ 'ਚ ਵਿਦਇਨ 6 ਮੰਥਸ ਇਹਦੀ DPR ਤਿਆਰ ਹੋ ਜਾਏਗੀ, ਇਹਦੀ 6 ਮਹੀਨੇ 'ਚ DPR ਤਿਆਰ ਹੋ ਕੇ 1 ਸਾਲ ਦੇ ਅੰਦਰ ਅੰਦਰ ਇਹਦਾ ਕੰਮ ਆ ਜਿਹੜਾ ਅਸੀਂ ਸ਼ੁਰੂ ਕਰਾਵਾਂਗੇ। ਉਹ ਕਿਉਂਕਿ ਸਾਡੇ ਐਡੀ ਵੱਡੀ ਪ੍ਰੋਬਲਮ ਆ, ਕਿਉਂਕਿ ਹਜ਼ਾਰਾਂ ਲੋਕ ਮੁੱਲਾਂਪੁਰ ਦਰਾਹਾ ਕੁਹਾੜਾ ਇਹ ਇੰਪਲਾਇਮੈਂਟ ਕਰਨ ਜਗਰਾਉਂ ਤੋਂ ਸਾਡੇ ਲੁਧਿਆਣੇ 'ਚ ਆਉਂਦੇ ਆ, ਅਤੇ ਜਦੋਂ ਮੈਟਰੋ ਬਣ ਜਾਏਗੀ ਅਤੇ ਇਹ ਸਾਰੇ ਬਾਹਰੋਂ ਵੀ ਕੰਮ ਕਰਨ ਅਤੇ ਅੰਦਰ ਵੀ ਜਿਹੜਾ ਸਾਡਾ ਟ੍ਰੈਫਿਕ ਆ ਉਹ ਇੱਕਦਮ ਘੱਟ ਜਾਏਗਾ, ਸਾਡੀ ਪੋਲਿਊਸ਼ਨ ਇੱਕਦਮ ਘੱਟ ਜਾਏਗੀ। ਇਹ ਸਾਨੂੰ ਐਡਾ ਵੱਡਾ ਲਾਭ ਆ ਜਿਹੜਾ ਮੈਟਰੋ ਦਾ ਹੋਏਗਾ। ਇਹ ਇੱਕ ਸ਼ਹਿਰ ਜਿਹੜਾ ਅਲੱਗ ਸ਼ਹਿਰ ਚਾਹੇ ਗੁੜਗਾਓਂ ਫਰੀਦਾਬਾਦ ਮੁੰਬਈ ਕੈਲਕਟਾ ਚਾਹੇ ਆਪਾਂ ਗੱਲ ਕਰੀਏ ਬੈਂਗਲੌਰ ਆਪਣੇ ਹੈਦਰਾਬਾਦ ਦੀ, ਉਹਦੇ ਬਰਾਬਰ ਸਾਡਾ ਲੁਧਿਆਣਾ ਜਾਏਗਾ। ਅਤੇ ਅਸੀਂ ਇਹਦੇ ਲਈ ਇਹ ਰਿਪੋਰਟ ਆ ਜਿਹੜੀ ਉਹ DPR 6 ਮਹੀਨੇ 'ਚ ਬਣਾ ਕੇ 1 ਸਾਲ 'ਚ ਇਹਦਾ ਕੰਮ ਸ਼ੁਰੂ ਕਰਾਂਗੇ। ਇਹ ਸਾਰੇ ਭਰੋਸੇ ਮੋਦੀ ਜੀ ਤੋਂ ਸਰਕਾਰ ਤੋਂ ਲੈ ਕੇ ਆਏ ਹਾਂ। 4 ਤਰੀਕ ਤੋਂ ਬਾਅਦ ਇਹ ਪੰਜਾਬ ਅਤੇ ਲੁਧਿਆਣੇ ਲਈ ਇਹ ਵਿਜ਼ਨ ਡਾਕੂਮੈਂਟ ਤਾਂ ਹੀ ਜਾਰੀ ਕੀਤਾ ਜਾ ਰਿਹਾ। ਉਦੋਂ ਬਾਅਦ ਅੱਜ ਆਪਾਂ ਬੁੱਢਾ ਨਾਲਾ ਕਹਿੰਦੇ ਹਾਂ, ਬੁੱਢੇ ਦਰਿਆ ਦੀ ਗੱਲ ਕਰਦੇ, ਇਹਦੇ ਲਈ ਸੈਂਟਰ ਗੌਰਮੈਂਟ ਨੇ 650 ਕਰੋੜ ਰੁਪਈਆ ਭੇਜਿਆ ਹੋਇਆ, 1 ਸਾਲ ਤੋਂ ਕੰਮ ਚੱਲ ਰਿਹਾ, ਜਿਹੜਾ ਕਿ ਸਾਰੇ ਲੁਧਿਆਣੇ ਲਈ ਅਤੇ ਪੰਜਾਬ ਲਈ ਅਤੇ ਰਾਜਸਥਾਨ ਲਈ ਬੜਾ ਜ਼ਰੂਰੀ ਆ। ਜਿਹੜਾ ਕੈਂਸਰ ਹੈਪੇਟਾਈਟਿਸ ਪੀਲੀਆ ਅੱਜ ਤੁਸੀਂ ਜ਼ਰੂਰ ਦੇਖੋ ਵੀ ਉੱਥੇ ਕਿੰਨੇ ਕਿੰਨੇ ਜਿਹੜੇ ਪਲਾਂਟ ਨੇ ਉਹ 650 ਕਰੋੜ ਦੇ ਵਿੱਚ ਲੱਗ ਰਹੇ ਆ, ਅਤੇ 1 ਸਾਲ ਦੇ ਅੰਦਰ ਅੰਦਰ ਇਹ ਸਾਰਾ ਕੁਛ ਤੁਸੀਂ ਦੇਖੋਗੇ ਨੀਲਾ ਪਾਣੀ ਹੋਏਗਾ। 650 ਕਰੋੜ ਰੁਪਈਆ ਉਹਦੇ ਉੱਤੇ ਲੱਗ ਰਿਹਾ, ਇਹ ਸਾਰਾ ਸਾਡੇ ਲਈ ਬਹੁਤ ਹੀ ਜਿਹੜਾ ਵੱਡਾ, ਜਿਵੇਂ ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ, ਜਿਵੇਂ ਸਾਬਰਮਤੀ ਸਾਡੀ ਰਿਵਰ ਆ ਉਹ ਪ੍ਰੋਜੈਕਟ ਬਿਊਟੀਫਿਕੇਸ਼ਨ ਲਈ ਗੁਜਰਾਤ ਦੇ ਵਿੱਚ ਉਹ ਚੱਲਿਆ, ਇਸ ਤਰੀਕੇ ਨਾਲ ਸਾਬਰਮਤੀ ਨਹਿਰ ਆ ਜਿਹੜੀ ਉਹ ਅੱਜ ਸਜੀ ਹੋਈ ਆ, ਉਹਨੂੰ ਸੈਲਾਨੀ ਦੇਖਣ ਜਾਂਦੇ ਆ, ਉਹਨੂੰ ਲੁਧਿਆਣੇ ਵਾਲੇ ਜਦੋਂ ਬੁੱਢਾ ਦਰਿਆ ਦੀ ਉਸੇ ਤਰੀਕੇ ਨਾਲ ਬਿਊਟੀਫਿਕੇਸ਼ਨ ਹੋਏਗੀ, ਉੱਥੇ ਆਪਾਂ ਸ਼ਾਮ ਨੂੰ ਬਹਿ ਕੇ ਆਪਣੀ ਪਿਕਨਿਕ ਮਨਾਇਆ ਕਰਾਂਗੇ, ਆਪਣੇ ਜਨਮ ਦਿਨ ਆਪਣੇ ਮੈਰਿਜ ਐਨਵਰਸਰੀ ਉਹ ਹੋਰ ਤਿਉਹਾਰ ਦਿਨ ਨਹੀਂ ਉਹ ਮਨਾਇਆ ਕਰਾਂਗੇ। ਇਸ ਤਰੀਕੇ ਦੀ ਉੱਥੇ ਬਿਊਟੀਫਿਕੇਸ਼ਨ ਆ ਜਿਹੜੀ ਉਹ 650 ਕਰੋੜ ਤੋਂ ਬਾਅਦ ਉੱਥੇ ਹੋਏਗੀ। ਉਦੋਂ ਬਾਅਦ ਬਹੁਤ ਹੀ ਇਹ ਜ਼ਰੂਰੀ ਆ, ਅੱਜ ਜਦੋਂ
ਫਰਕ ਕਿਵੇਂ ਪੈਂਦਾ? ਜਦੋਂ ਜੇਟਲੀ ਜੀ ਇਲੈਕਸ਼ਨ ਲੜਨ ਆਏ ਅੰਮ੍ਰਿਤਸਰ ਤੇ ਉਹਨਾਂ ਨੇ ਉਸ ਵੇਲੇ ਉੱਥੇ ਵਾਅਦਾ ਕੀਤਾ IIM। ਅੱਜ ਦੇਖੋ IIM ਉੱਥੇ ਆ ਕੇ ਉੱਥੇ ਨੁਹਾਰ ਬਦਲੀ ਪਈ ਆ। ਅੱਜ ਅਸੀਂ ਇੱਥੇ ਐਜੂਕੇਸ਼ਨ ਸਾਨੂੰ ਉਹ ਚਾਹੀਦੀ ਆ ਜਿਹਦੇ ਨਾਲ ਵਾਈਟ ਕਾਲਰ ਜੋਬ ਅਤੇ ਲੱਖਾਂ ਕਰੋੜਾਂ ਦਾ ਜਿਹੜਾ ਉਹ ਪੈਕੇਜ ਮਿਲੇ। ਉਹ ਆ ਐਜੂਕੇਸ਼ਨ ਪੜ੍ਹਾਈ ਨਾਲ ਨਹੀਂ ਮਿਲ ਸਕਦਾ। ਉਹ ਕਿਵੇਂ ਮਿਲ ਸਕਦਾ? ਜਦੋਂ ਇੱਥੇ IIT IIM ਆਏਗਾ ਅਤੇ ਉਹ ਗਲੋਬਲ ਮੈਪ 'ਤੇ ਜਦੋਂ ਸਾਡਾ ਲੁਧਿਆਣਾ ਜਾਏਗਾ ਅਤੇ ਬੜੀਆਂ ਤੋਂ ਬੜੀਆਂ ਬਾਹਰ ਅਤੇ ਬਾਹਰਲੀਆਂ ਸਟੇਟਾਂ ਦੇ ਉਰੇਓ ਕੰਪਨੀਆਂ ਮੁੰਡੇ ਨੌਜਵਾਨ ਬੱਚੇ ਬੱਚੀਆਂ ਸਾਡੇ ਲੱਭਣਗੇ ਅਤੇ ਉਹ ਕੁਆਲਿਟੀ ਐਜੂਕੇਸ਼ਨ ਆ ਜਿਹੜੀ ਜਦੋਂ ਉਹਨਾਂ ਨੂੰ ਮਿਲੇਗੀ। ਇਹ ਐਡਾ ਵੱਡਾ ਫਾਇਦਾ ਸਾਨੂੰ ਇਹ ਦੋਨੋਂ ਇੰਸਟੀਟਿਊਟ ਦਾ ਹੋਏਗਾ, ਕਿਉਂਕਿ ਸਾਡੇ ਕੋਲ ਅੱਜ ਜਿਹੜੇ ਕਾਲਜ ਨੇ ਉਹਨਾਂ ਦੇ ਵਿੱਚ ਵੀ ਉਹ ਕੁਆਲਿਟੀ ਮੈਨੇਜਮੈਂਟ ਹੈ ਨਹੀਂ ਗੀ ਜਿਹੜੀ ਹੋਣੀ ਚਾਹੀਦੀ ਆ। ਉਹ ਵੀ ਅਸੀਂ ਸੈਂਟਰ ਗੌਰਮੈਂਟ ਤੋਂ ਹੀ ਲੈ ਕੇ ਆਵਾਂਗੇ, ਕਿਉਂਕਿ ਜਿਹੜਾ ਲੱਖਾਂ ਕਰੋੜਾਂ ਦਾ ਜਿਵੇਂ ਮੈਂ ਦੱਸਿਆ ਅੱਜ ਨੌਜਵਾਨ ਬਾਕੀ ਸਟੇਟਾਂ ਦੇ ਪੈਕੇਜ ਲੈ ਕੇ ਨੌਕਰੀਆਂ ਕਰ ਰਹੇ ਆ, ਅਸੀਂ ਕਿਉਂ ਵਾਂਝੇ ਰਹੀਏ? ਵਾਂਝੇ ਕਿਉਂ ਰਹਿ ਗਏ? ਕਿਉਂਕਿ ਉਰੇ BJP ਪਹਿਲਾਂ ਤਾਂ ਇਲੈਕਸ਼ਨ ਨਹੀਂ ਲੜੀ ਅਤੇ ਫਿਰ BJP ਜਦੋਂ ਇਲੈਕਸ਼ਨ ਨਹੀਂ ਲੜੀ ਸਾਡਾ ਹਿੱਸਾ ਸੈਂਟਰ ਸਰਕਾਰ 'ਚ ਨਹੀਂ ਪਿਆ। ਹੁਣ BJP ਨੇ ਜਦੋਂ ਫੈਸਲਾ ਕਰ ਲਿਆ ਉਰੇ ਇਲੈਕਸ਼ਨ ਲੜਨ ਦਾ, ਲੋਕਾਂ ਦਾ ਮਨ ਬਣਿਆ ਹੋਇਆ ਵੀ ਇਹ ਸਾਰੀਆਂ ਚੀਜ਼ਾਂ ਅਸੀਂ ਲੁਧਿਆਣੇ 'ਚ ਸੱਚ ਹੁੰਦੀਆਂ ਦੇਖੀਏ ਅਤੇ ਇਸ ਵਾਰ ਕਮਲ ਦੇ ਫੁੱਲ ਨੂੰ ਲੋਕ ਮੋਹਰ ਲਾਉਣਗੇ ਅਤੇ ਮੋਦੀ ਜੀ ਦੀ ਵਿਜ਼ਨ, ਮੋਦੀ ਦਾ ਜਿਹੜਾ 400 ਪਾਰ ਦਾ ਨਾਰਾ, ਉਹਦੇ ਵਿੱਚ ਵਿਕਸਿਤ ਭਾਰਤ ਦੇ ਵਿੱਚ ਵਿਕਸਿਤ ਲੁਧਿਆਣਾ ਹੈ ਜਿਹੜਾ ਉਹ ਵੀ ਸ਼ਾਮਿਲ ਹੋਣ ਜਾ ਰਿਹਾ, ਮੈਂ ਤੁਹਾਨੂੰ ਕਹਿ ਸਕਦਾ। ਉਦੋਂ ਬਾਅਦ ਜੇ ਗੱਲ ਕਰੀਏ ਸਾਡੇ ਕੋਲ ਮੈਡੀਕਲ ਕਾਲਜ, ਅੱਜ ਇੱਕ ਪ੍ਰਾਈਵੇਟ ਮੈਡੀਕਲ ਕਾਲਜ ਤਾਂ ਹੈਗਾ ਪਰ ਜੇ ਏਮਸ ਦੀ ਗੱਲ ਕਰਨੀ ਆ ਤਾਂ ਮੈਡੀਕਲ ਕਾਲਜ ਜਿਹੜੇ ਡਾਕਟਰ ਬਣਨੇ ਆ ਬੱਚੇ ਉਹ ਕਿੱਥੋਂ ਬਣਨੇ? ਇਸ ਕਰਕੇ ਇੱਕ ਸਰਕਾਰੀ ਮੈਡੀਕਲ ਕਾਲਜ ਅਸੀਂ ਸਾਲ ਦੇ ਅੰਦਰ ਇੱਕ ਮੈਡੀਕਲ ਕਾਲਜ ਖੋਲ੍ਹਾਂਗੇ ਜਿੱਥੇ ਸਾਡੇ ਬੱਚੇ MBBS ਮੈਡੀਕਲ ਦੀ ਪੜ੍ਹਾਈ ਕਰ ਸਕਣ, ਡਾਕਟਰ ਬਣ ਸਕਣ। ਇਹ ਵੀ ਅਸੀਂ ਨਾਲ ਤੀਜਾ ਪ੍ਰੋਜੈਕਟ ਹੈ ਜਿਹੜਾ ਇਹ ਵੀ ਨਾਲ ਪੜ੍ਹਾਈ ਦਾ ਲਵਾਂਗੇ। ਉਦੋਂ ਬਾਅਦ ਅੱਜ ਕਿਸਾਨਾਂ ਦੀ ਗੱਲ ਕਰਦੇ ਹਾਂ ਆਪਾਂ, ਕਿਸਾਨਾਂ ਦੀ ਪ੍ਰੋਫਿਟ ਦੀ ਗੱਲ ਕਿਵੇਂ ਹੋਏਗੀ? ਕਿਉਂਕਿ ਜਿੰਨਾ ਚਿਰ ਫੂਡ ਪ੍ਰੋਸੈਸਿੰਗ ਜਿਹੜੇ ਯੂਨਿਟਸ ਨਹੀਂ ਲੱਗਣਗੇ ਕਿਸਾਨਾਂ ਲਈ ਉਨਾ ਚਿਰ ਫਾਇਦਾ ਨਹੀਂ ਹੋ ਸਕਦਾ। ਅੱਜ ਚਾਹੇ ਗੱਲ ਕਰ ਲਈਏ ਅਸੀਂ ਮੱਕੀ ਦੀ ਗੱਲ ਕਰ ਲਈਏ, ਅੱਜ ਅਸੀਂ ਆਲੂ ਦੀ ਗੱਲ ਕਰ ਲਈਏ, ਛੋਟੇ ਛੋਟੇ ਚਿਪਸ ਦੇ ਪੈਕਟ ਨੇ ਕਿੰਨੇ ਕਿੰਨੇ ਦੇ ਵਿਕਦੇ ਆ ਜੇ ਉਰੇ ਸਾਡੇ ਪ੍ਰੋਸੈਸਿੰਗ ਯੂਨਿਟ ਲੱਗਣਗੇ। ਅੱਜ ਅਸੀਂ ਗੱਲ ਕਰ ਲਈਏ ਸ਼ਿਮਲਾ ਮਿਰਚ ਦੀ, ਉਹਦਾ ਰੰਗ ਲਾਲ ਕਰ ਦਈਏ, ਉਹਦਾ ਪੀਲਾ ਕਰ ਦਈਏ ਤਾਂ ਉਹ ਕਿਤੇ ਦੀ ਕਿਤੇ ਕਿਸਾਨ ਨੂੰ, ਅਤੇ ਜੇ ਉਹ ਚੀਜ਼ਾਂ ਅਸੀਂ ਫੂਡ ਪ੍ਰੋਸੈਸਿੰਗ ਯੂਨਿਟ ਉਰੇ ਲਿਆਈਏ ਜਿਹਦੇ ਵਿੱਚ ਸਾਡੇ ਪਿਕਲ ਬਣਨ, ਅਚਾਰ ਬਣਨ, ਜਿਹਦੇ ਵਿੱਚ ਜੈਮ ਬਣੇ, ਜਿਹਦੇ ਵਿੱਚ ਇਹ ਚਿਪਸ ਇਹੋ ਜਿਹੀਆਂ ਚੀਜ਼ਾਂ ਬਣਨ, ਅਤੇ ਆਪਣੇ ਆਪ ਕਿਸਾਨ ਖੁਸ਼ਹਾਲ ਹੋਣਾ ਜੀ। ਲੋੜ ਪਈ ਕਿ ਲੋੜ ਪਊਗੀ ਕਿਸਾਨ ਨੂੰ ਕਿਤੇ ਧਰਨੇ 'ਤੇ ਜਾਣ ਦੀ? ਇਹ ਸਾਡਾ ਵੱਡਾ ਜਿਹੜਾ ਹੈ ਫਰੋਜ਼ਨ ਪੀਸ, ਕੀ ਕੁਛ ਨਹੀਂ ਅੱਜ ਕੱਲ੍ਹ ਚਾਹੀਦਾ, ਬਾਹਰ ਵਿਦੇਸ਼ਾਂ ਤੋਂ ਆਉਂਦਾ, ਅਤੇ ਅਸੀਂ ਲੁਧਿਆਣੇ 'ਚ ਕਿਉਂ ਨਹੀਂ ਇਹ ਚੀਜ਼ਾਂ ਤਿਆਰ ਕਰ ਸਕਦੇ? ਅਤੇ ਫੂਡ ਪ੍ਰੋਸੈਸਿੰਗ 'ਤੇ ਸਾਡਾ ਬੜਾ ਵੱਡਾ ਧਿਆਨ ਹੋਊਗਾ ਜਿਹਦੇ ਨਾਲ ਫਾਰਮਰ ਯੂਜ਼ ਦੈਮ ਟੂ ਪ੍ਰੋਸੈਸ ਇਨ ਦੇਅਰ ਹਾਰਵੈਸਟ ਇਨ ਟੂ ਐਂਡ ਯੂਜ਼, ਮਤਲਬ ਉਹਨਾਂ ਨੂੰ ਪਹਿਲਾਂ ਤਾਂ ਵੇਚਣੀ ਪੈਂਦੀ ਆ ਉਹ ਚੀਜ਼ਾਂ ਬਣਾਉਂਦਾ ਹੋਰ ਆ, ਅਸੀਂ ਫਾਰਮਰਸ ਨੂੰ ਹੀ ਇਹ ਸਾਰੇ ਯੂਨਿਟ ਲਾ ਕੇ ਦੇਵਾਂਗੇ, ਉਹੀ ਉਗਾਉਣਗੇ, ਉਹੀ ਅਖੀਰ ਤੱਕ ਇਹਨੂੰ ਬਣਾ ਕੇ ਵੇਚਣ ਦਾ ਕੰਮ ਕਰਨਗੇ, ਫਿਰ ਮੁਨਾਫਾ ਜਿਹੜਾ ਕਿਸਾਨਾਂ ਨੂੰ ਫਾਰਮਰਸ ਨੂੰ ਸਾਡੇ ਨੂੰ ਹੋਏਗਾ। ਅਤੇ ਇਹਦੇ ਨਾਲ ਵੱਡੀ ਇਨਵੈਸਟਮੈਂਟ ਵੀ ਆਏਗੀ ਅਤੇ ਵੱਡੀ ਪ੍ਰੋਸੈਸਿੰਗ ਯੂਨਿਟ ਆ ਜਿਹੜੇ ਉਹ ਵੀ ਲੱਗਣਗੇ, ਅਸੀਂ ਉਹਨਾਂ ਨੂੰ ਜ਼ਮੀਨਾਂ ਹੈ ਉਹ ਮੁਹੱਈਆ ਕਰਾ ਕੇ ਉਹ ਯੂਨਿਟਾਂ ਲਈ ਦੇਵਾਂਗੇ। ਇਸ